ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਇਹ ਸਵਾਲ ਜਿਹੜਾ ਸੀ ਕੱਲ੍ਹ ਮਨਾਇਆ ਹੈ ਅਤੇ ਹੁਣ ਮੈਂ ਆਪ ਜੀ ਦੇ ਸਾਹਮਣੇ ਇੱਕ ਮੈਸਰ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਕਵਿਤਾ ਦਾ ਗਾਇਨ ਕਰਨ ਜਾ ਰਹੀ ਹਾਂ। ਇਸ ਕਵਿਤਾ ਦਾ ਸਿਰਲੇਖ ਹੈ ਦਿਲ ਸਦਰਾਂ ਦਾ ਦੋਨਾ। ਇਸ ਕਵਿਤਾ ਦੀ ਥੋੜ੍ਹੀ ਜਿਹੀ ਬੈਕਗਰਾਊਂਡ ਮੈਂ ਦੱਸ ਦਿੰਦੀ ਹਾਂ। ਮੈਸਰ ਭਾਈ ਵੀਰ ਸਿੰਘ ਜੀ ਇੱਕ ਵਾਰੀ ਹਰਿਦੁਆਰ ਗਏ ਸੀ ਅਤੇ ਜਦੋਂ ਹਰਿਦੁਆਰ ਵਿੱਚ ਸ਼ਾਮ ਵੇਲੇ ਸੰਧਿਆ ਦਾ ਟਾਈਮ ਹੁੰਦਾ ਹੈ ਤਾਂ ਉਸ ਵੇਲੇ ਹਿੰਦੂ ਧਰਮ ਦੀ ਪ੍ਰਥਾ ਦੇ ਅਨੁਸਾਰ ਉੱਥੇ ਮੰਦਰਾਂ ਦੇ ਵਿੱਚ ਸ਼ਾਮ ਵੇਲੇ ਆਰਤੀ ਕੀਤੀ ਜਾਂਦੀ ਹੈ ਅਤੇ ਉਹ ਉਸ ਵੇਲੇ ਜਦ ਉਹਨਾਂ ਨੇ ਉਹ ਦ੍ਰਿਸ਼ ਦੇਖਿਆ ਕਿ ਉੱਥੇ ਸ਼ਾਮ ਵੇਲੇ ਆਰਤੀ ਦੀ ਆਰਤੀ ਗਾਈ ਜਾ ਰਹੀ ਸੀ ਮੰਦਰਾਂ ਵਿੱਚ ਤਾਂ ਉਸ ਵੇਲੇ ਇੱਕ ਕਸਟਮ ਇੱਕ ਟ੍ਰੈਡੀਸ਼ਨ ਹੈਗਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਰਿਚੁਅਲ ਹੈਗਾ ਹੈ ਕਿ ਉੱਥੇ ਲੋਕ ਬਹੁਤ ਸਾਰੇ ਦੀਵੇ ਬਾਲ ਕੇ ਗੰਗਾ ਨਦੀ ਵਿੱਚ ਦੋਨੇ ਵਿੱਚ ਰੱਖ ਕੇ ਦੀਵਿਆਂ ਨੂੰ ਤਾਰਦੇ ਹਨ ਅਤੇ ਜਦੋਂ ਪ੍ਰੋਫੈਸਰ ਭਾਈ ਵੀਰ ਸਿੰਘ ਜੀ ਨੇ ਇਹ ਦ੍ਰਿਸ਼ ਦੇਖਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਮਨ ਜਿਹੜਾ ਹੈ ਸ਼ਰਧਾ ਨਾਲ ਭਰ ਗਿਆ ਕਿਉਂਕਿ ਗੰਗਾ ਨਦੀ ਜਿਹੜੀ ਕਿ ਹਿਮਾਲਿਆ ਸਟੋਰ ਵਿੱਚ ਨੇੜ ਆਉਂਦੀ ਹੈ, ਉੱਤਰ ਪ੍ਰਦੇਸ਼ ਤੋਂ ਲੰਘਦੀ ਹੋਈ ਫਿਰ ਬਿਹਾਰ ਵਿੱਚ ਉੱਤਰਾਂਚਲ ਉੱਤਰ ਪ੍ਰਦੇਸ਼ ਹੋਈ ਬਿਹਾਰ ਵਿੱਚ ਪਟਨਾ ਸ਼ਹਿਰ ਵਿੱਚੋਂ ਲੰਘਦੀ ਹੈ। ਪਟਨਾ ਸ਼ਹਿਰ ਜਿੱਥੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ ਤਾਂ ਫਿਰ ਉੱਥੋਂ ਇਹ ਨਦੀ ਲੰਘਦੀ ਹੈ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਮਨ ਹੀ ਮਨ ਇੱਕ ਸ਼ਰਧਾ ਦਾ ਜਿਹੜਾ ਦੀਪਕ ਸੀ ਉਹ ਅਰਪਿਤ ਕੀਤਾ ਅਤੇ ਉਹਨਾਂ ਨੇ ਇਹ ਕਵਿਤਾ ਲਿਖੀ ਦਿਲ ਸਦਰਾਂ ਦਾ ਦੋਨਾ, ਜਿਸ ਦਾ ਅਰਥ ਇਹ ਹੈ ਕਿ ਮੇਰੀ ਸ਼ਰਧਾ ਦਾ ਜਿਹੜਾ ਦੀਪਕ ਇਹ ਗੰਗਾ ਨਦੀ 'ਚ ਕਰਦਾ ਜਾਵੇ। ਇਹ ਗੰਗਾ ਨਦੀ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਅਰਜੋਈ ਕੀਤੀ ਕਿ ਇਹ ਤੋੜ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਇਹ ਦੀਵਾ ਮੇਰਾ ਸ਼ਰਧਾ ਦਾ ਦੀਵਾ ਅਰਪਿਤ ਕਰ ਦਿਓ। ਇਹ ਐਕਚੁਅਲ ਦੀਵਾ ਉਹਨਾਂ ਨੇ ਨਹੀਂ ਤਾਰਿਆ ਸੀ, ਇਸ ਵਾਜ਼ ਅ ਵੈਰੀ ਗੁੱਡ ਇਮੇਜਰੀ ਜੋ ਕਿ ਉਹਨਾਂ ਨੇ ਕ੍ਰੀਏਟ ਕੀਤੀ ਦਿਲ ਸਦਰਾਂ ਦਾ ਦੋਨਾ, ਜੋ ਕਿ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਿਤ ਕੀਤਾ। ਹੁਣ ਤੁਸੀਂ ਇਸ ਕਵਿਤਾ ਦਾ ਸਰਵਣ ਕਰੋ। ਗੁਰ ਪਟਨੀ ਅਪੜਾਈ ਗੰਗਾ, ਗੁਰ ਪਟਨੇ ਅਪੜਾਈ, ਗੁਰ ਪਟਨੀ ਅਪੜਾਈ ਗੰਗਾ, ਗੁਰ ਪਟਨੇ ਅਪੜਾਈ, ਦਿਲ ਸਦਰ ਦਾ ਦੋਨਾ ਮੇਰਾ, ਮੇਰਾ ਵੀ ਸ਼ਰਧਾ ਕਲੀ
ਪਲੇਟਫਾਰਮ 'ਤੇ ਗਾਉਣ ਦਾ ਮੌਕਾ ਦਿੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ।